ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਹਾਂ ਜੀ ਨਵਾਂ ਨੋਟੀਫਿਕੇਸ਼ਨ ਜੋ ਕਿ ਜਾਰੀ ਕੀਤਾ ਗਿਆ ਹੈ ਡੀਐਮਈਆਰ ਵੱਲੋਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦੱਬ ਲਵੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਡਿਸਕ੍ਰਿਪਸ਼ਨ ਵਿੱਚ ਜਾ ਕੇ ਆਪਣੇ ਟੈਲੀਗ੍ਰam ਤੇ ਇੰਸਟਾਗ੍ਰam ਚੈਨਲਾਂ ਨੂੰ ਜੁਆਇਨ ਕਰ ਲਵੋ ਠੀਕ ਹੈ ਜੀ ਸੋ ਸ਼ੁਰੂ ਕਰਦੇ ਆਪਾਂ ਆਪਣਾ ਅੱਜ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਚੱਲਦੇ ਆ ਤੁਹਾਨੂੰ ਨੈਕਸਟ ਪੇਜ ਦੇ ਉੱਤੇ ਹਾਂਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਇਹ ਜਿਹੜਾ ਨੋਟੀਫਿਕੇਸ਼ਨ ਆ ਜੀ ਇਹ ਜਾਰੀ ਕੀਤਾ ਗਿਆ ਹੈ ਡਾਇਰੈਕਟਰ ਜਨਰਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਹਰਿਆਣਾ ਪੰਚਕula ਵੱਲੋਂ ਠੀਕ ਹੈ ਜੀ ਇਹ ਨੋਟੀਫਿਕੇਸ਼ਨ ਕਿਹਦੇ ਰਿਗਾਰਡਿੰਗ ਆ ਜੀ ਕਾਉਂਸਲਿੰਗ ਫਾਰ ਐਡਮਿਸ਼ਨ ਟੂ ਐਮ ਡੀ ਐਮ ਐਸ ਕੋਰਸ ਇਨ 올 ਗਵਰਨਮੈਂਟ ਗਵਰਨਮੈਂਟ ਐਡਿਡ ਪ੍ਰਾਈਵੇਟ ਅਨਏਡਡ ਮੈਡੀਕਲ ਇੰਸਟੀਚਿਊਟ ਇਨਕਲੂਡਿੰਗ ਦੋਜ਼ ਅੰਡਰ ਪ੍ਰਾਈਵੇਟ ਯੂਨੀਵਰਸਿਟੀਆਂ ਠੀਕ ਹੈ ਜੀ ਉਹਦੇ ਲਈ 21 ਸੈਸ਼ਨ 21 ਬਾਈ ਲਈ ਠੀਕ ਹੈ ਜੀ ਜਿਹੜੇ ਆਪਣੇ ਐਮ ਡੀ ਐਮ ਐਸ ਕੋਰਸਸ ਨੇ ਉਹਨਾਂ ਲਈ ਇਹ ਆਪਣੀਆਂ ਅਨਾਉਂਸ ਹੋ ਗਈਆਂ ਨੇ ਡੇਟਾਂ ਜੀ ਠੀਕ ਹੈ ਇਟ ਇਜ਼ ਫॉर ਇਨਫੋਰਮੇਸ਼ਨ ਆਫ ਆਲ ਦਾ ਐਲੀਜੀਬਲ ਕੈਂਡੀਡੇਟ ਸੀਕਿੰਗ ਐਡਮਿਸ਼ਨ ਟੂ ਪੀ ਜੀ ਐਮ ਡੀ ਐਮ ਐਸ ਐਂਡ ਪੋਸਟ ਐਮ ਬੀ ਬੀ ਐਸ ਡੀ ਐਨ ਬੀ ਪੋਸਟ ਐਮ ਬੀ ਬੀ ਐਸ ਡਿਪਲੋਮਾ ਪੋਸਟ ਡਿਪਲੋਮਾ ਡੀ ਐਨ ਬੀ ਕੋਰਸ ਇਨ ਸਿਵਲ ਹੋਸਪਿਟਲ ਫੋਰ ਦਾ ਅਕੈਡਮਿਕ ਸੈਸ਼ਨ ਦੋ ਹਜ਼ਾਰ ਇੱਕੀ ਬਾਈ ਐਂਡ ਆਲ ਅਦਰ ਕੰਸਰਨ ਦੈਟ ਫਰੈਸ਼ ਕੈਂਡੀਡੇਟਸ ਕੈਨ ਰਜਿਸਟਰ ਫੋਰ ਸੈਕਿੰਡ ਰਾਊਂਡ ਆਫ ਕਾਊਂਸਲਿੰਗ ਫੋਰ ਐਡਮਿਸ਼ਨ ਟੂ ਪੀ ਜੀ ਕੋਰਸ ਫੋਰ ਦਾ ਅਕੈਡਮਿਕ ਸੈਸ਼ਨ ਇੱਕੀ ਬਾਈ ਦਾ ਟੈਂਟੇਟਿਵ ਸ਼ਡਿਊਲ ਫੋਰ ਸੈਕਿੰਡ ਰਾਊਂਡ ਆਫ ਕਾਊਂਸਲਿੰਗ ਇਜ ਐਜ ਅੰਡਰ ਠੀਕ ਹੈ ਜੀ ਸੈਕਿੰਡ ਰਾਊਂਡ ਦੀ ਜਿਹੜੀ ਕਾਊਂਸਲਿੰਗ ਆ ਉਹਦਾ ਸ਼ਡਿਊਲ ਅਨਾਊਂਸ ਕਰ ਦਿੱਤਾ ਗਿਆ ਨੰਬਰ ਇੱਕ 'ਤੇ ਫਰੈਸ਼ ਆ ਦੇਖੋ ਜੀ ਫਰੈਸ਼ਰ ਰਜਿਸਟ੍ਰੇਸ਼ਨ ਔਨ ਦਾ ਔਨਲਾਈਨ ਵੈਬ ਪੋਰਟਲ ਵੈਬ ਪੋਰਟਲ ਕਿਹੜੀ ਵੈਬਸਾਈਟ ਹੈ ਇਹਨੂੰ ਤੁਸੀਂ ਨੋਟ ਕਰ ਲਿਓ ਠੀਕ ਹੈ ਜੀ hrwy.online.counseling.co.in ਠੀਕ ਹੈ ਜੀ ਇਹਨੂੰ ਨੋਟ ਕਰ ਲੈਣਾ ਹੋਵੇਗਾ ਪੋਰਟਲ ਓਪਨ ਹੋਵੇਗਾ 14/2/2022 11:00 ਵਜੇ ਤੋਂ 18/2/2022 ਰਾਤ ਦੇ 12:00 ਵਜੇ ਤੱਕ ਠੀਕ ਹੈ ਜੀ ਐਡੀਟਿੰਗ ਆਫ ਇਨਫੋਰਮੇਸ਼ਨ ਸਬਮਿਟਡ ਔਨਲਾਈਨ 17/2/2022 ਤੋਂ 20/2/2022 ਠੀਕ ਹੈ ਜੀ ਬਾਕੀ ਇਨਫੋਰਮੇਸ਼ਨ ਤੁਸੀਂ ਪੜ ਲਿਓ ਜੀ ਮੈਂ ਪੀਡੀਐਫ ਆ ਜਿਹੜੀ ਇਹਦੀ ਇਹਦੀ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੰਨਾ ਵਾ ਸੋ ਤਿੰਨ ਨੰਬਰ ਆ ਜੀ ਇਹ ਵਿਲਿੰਗਨੈਸ ਟੂ ਦਾ ਸੈਕੰਡ ਰਾਉਂਡ ਕਾਉਂਸਲਿੰਗ ਬਾਏ ਦਾ ਫਾਲੋਇੰਗ ਠੀਕ ਆ ਜੀ ਇਹ ਸਾਰਾ ਸ਼ਡਿਊਲ ਆ ਜਿਹੜਾ 14 ਤੋਂ 18 ਤੱਕ ਚੱਲੂਗਾ ਠੀਕ ਆ ਜੀ 14 ਤੋਂ 18 ਤੱਕ ਹੀ ਪੋਰਟਲ ਓਪਨ ਹੋਣਾ ਉਸ ਤੋਂ ਬਾਅਦ ਜਿਹੜਾ ਆਪਣਾ ਪ੍ਰੋਵੀਜ਼ਨਲ ਸੀਟਾਂ ਦੀ ਅਲਾਟਮੈਂਟ ਆ ਜਿਹੜੀ 26 2022 ਤੋਂ ਤੱਕ 11 ਵਜੇ ਤੱਕ ਸਵੇਰੇ ਠੀਕ ਹੈ ਜੀ ਹੋਊਗੀ ਸੀਟ ਅਲੋਕੇਸ਼ਨ ਐਂਡ ਡਾਊਨਲੋਡਿੰਗ ਆਫ ਅਲਾਟਮੈਂਟ ਲੈਟਰ ਐਂਡ ਪੇਮੈਂਟ ਆਫ ਰਿਕੁਐਸਟ ਫੀ ਆਨਲਾਈਨ ਠੀਕ ਹੈ 26/2/2022 ਤੋਂ 1/3/2022 ਠੀਕ ਹੈ ਜੀ ਇਹ ਸਾਰੇ ਪੁਆਇੰਟ ਡਾਕੂਮੈਂਟ ਵੈਰੀਫਿਕੇਸ਼ਨ ਆਫ origignal ਡਾਕੂਮੈਂਟਸ ਐਟ ਪੀਟੀਬੀਡੀ ਸ਼ਰਮਾ ਯੂ ਐਚ ਐਸ ਰੋहतक ਇਹ ਹੋਊਗਾ ਰੋहतक ਫਿਰ 2/3/2022 ਨੂੰ ਠੀਕ ਹੈ ਜੀ ਤੇ ਐਂਡ ਦੇ ਵਿੱਚ ਲਾਸਟ ਡੇਟ ਫॉर ਜੁਆਇਨਿੰਗ ਰਿਪੋਰਟਿੰਗ ਇਨ ਦਾ ਅਲੋਟਡ ਇੰਸਟੀਚਿਊਟ 4/3/2022 ਸੋ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੀ ਇਨਾ ਕੈਂਡੀਡੇਟਸ ਲਈ ਸੋ ਇਹਦੀ ਪੀਡੀਐਫ ਤੁਸੀਂ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਲਿਓ ਮੈਂ ਉੱਥੇ ਅਪਲੋਡ ਕਰ ਦਵਾਂਗਾ ਸੋ ਡਿਟੇਲ ਨਾਲ ਸਾਰੀ ਇਨਫੋਰਮੇਸ਼ਨ ਤਾਂ ਕਿ ਤੁਸੀਂ ਰੀਡ ਕਰ ਸਕੋ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਕੈਂਡੀਡੇਟਸ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬ ਲèn ਮਿਲਦੇ ਆ ਨਵੀਂ ਵੀਡੀਓ ਵਿੱਚ ਨਵੀਂ ਨਵਾਂ ਨੋਟੀਫਿਕੇਸ਼ਨ ਤੇ ਨਵੀਂ ਅਪਡੇਟ ਲੈ ਕੇ ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ